ਪੰਜਾਬੀ ਸਾਡੀ ਮਾਂ ਬੋਲੀ ਹੈ, ਉਹਨੂੰ ਦੇਖ ਕੇ ਜਿੱਦਾਂ ਛੋਟੇ ਬੱਚੇ ਹੈ ਹੈ ਨਾ, ਉਹਨੇ ਆਉਂਦੇ ਨਾਲ ਹੀ ਅਟਰੈਕਟ ਹੋਇਆ ਕਿ ਪਾਪਾ ਉਹ ਦੇਖੋ ਉੜਾ ਆੜਾ ਲਿਖਿਆ ਹੋਇਆ ਹੈ ਨਾ। ਪੰਜਾਬੀ ਮਾਂ ਬੋਲੀ ਦੇ ਪ੍ਰਤੀ ਇਸ ਨੌਜਵਾਨ ਦਾ ਅਥਾਹ ਪਿਆਰ ਦੇਖ ਹਰ ਕੋਈ ਹੈਰਾਨ ਹੋ ਰਿਹਾ। ਇਸ ਨੌਜਵਾਨ ਦੇ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਦੇ ਲਈ ਇੱਕ ਬੜਾ ਹੀ ਵੱਖਰਾ ਉਪਰਾਲਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਸਰਸ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਦੇ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਵਿਕਰੇਤਾ ਪ੍ਰਦਰਸ਼ਨੀ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਹਨ ਅਤੇ ਹਰ ਕੋਈ ਵੱਖ ਵੱਖ ਸੱਭਿਅਤਾਵਾਂ ਨੂੰ ਲੋਕਾਂ ਤੱਕ ਪਹੁੰਚਾ ਰਿਹਾ। ਇਸ ਮੇਲੇ ਦੇ ਵਿੱਚ ਇੱਕ ਸਰਦਾਰ ਜੀ ਦੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੱਕ ਵੱਖਰਾ ਸਟਾਲ ਲਗਾਇਆ ਗਿਆ। ਆਪਣੀ ਵਿਲੱਖਣ ਕਲਾ ਦੇ ਹੁਨਰ ਦੇ ਸਦਕਾ ਇਸ ਨੌਜਵਾਨ ਨੇ ਵੱਖ ਵੱਖ ਚੀਜ਼ਾਂ 'ਤੇ ਆਪਣੇ ਹੱਥੀਂ ਮਾਂ ਬੋਲੀ ਦੇ ਅੱਖਰਾਂ ਨੂੰ ਪਰੋਇਆ, ਜਿਸ ਦੀ ਦਿੱਖ ਆਪਣੇ ਆਪ ਦੇ ਵਿੱਚ ਮਨ ਨੂੰ ਭਾਉਂਦੀ ਹੈ। ਬੀਤੇ 3 ਸਾਲਾਂ ਤੋਂ ਇਹ ਸਰਦਾਰ ਜੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ ਅਤੇ ਹੈਂਡੀਮੈਂਡੀ ਕਰਾਫਟ ਦੇ ਨਾਮ ਤੋਂ ਉਹਨਾਂ ਦੇ ਵੱਲੋਂ ਆਪਣੀ ਇਸ ਕਲਾ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ। ਇਸ ਕਲਾ ਦੇ ਰਾਹੀਂ ਉਹਨਾਂ ਦੇ ਵੱਲੋਂ ਗੁਰਮੁਖੀ ਫੱਟੀਆਂ, ਗੁਰਮੁਖੀ ਘੜੀਆਂ, ਗੁਰਮੁਖੀ ਸ਼ਬਦ, ਹੁਕਮਨਾਮਾ ਸਾਹਿਬ ਆਦਿ ਨੂੰ ਬੜੀ ਹੀ ਬਖੂਬੀ ਦੇ ਨਾਲ ਆਪਣੀ ਕਲਾ 'ਚ ਪਰੋਇਆ ਗਿਆ। ਇਸ ਨੌਜਵਾਨ ਦੇ ਵੱਲੋਂ ਗੁਰਮੁਖੀ ਦੇ ਅੱਖਰਾਂ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਵੱਖ ਵੱਖ ਚੀਜ਼ਾਂ 'ਤੇ ਸਜਾਇਆ ਗਿਆ। ਘੜੀਆਂ ਤੋਂ ਲੈ ਕੇ ਛੱਲਿਆਂ ਤੱਕ ਹਰ ਚੀਜ਼ 'ਤੇ ਪੰਜਾਬੀ ਮਾਂ ਬੋਲੀ ਦੇ ਅੱਖਰ ਹੀ ਵਿਖਾਈ ਦਿੰਦੇ ਹਨ, ਜਿਸ ਦੀ ਦਿੱਖ ਆਪਣੇ ਆਪ ਦੇ ਵਿੱਚ ਬਹੁਤ ਹੀ ਸੁੰਦਰ ਹੈ। ਮੇਲੇ ਵਿੱਚ ਪਹੁੰਚ ਰਹੇ ਲੋਕਾਂ ਦੇ ਲਈ ਇਹ ਸਟਾਲ ਖਿੱਚ ਦਾ ਕੇਂਦਰ ਬਣਿਆ ਹੋਇਆ ਅਤੇ ਇਸ ਕਾਰੀਗਰ ਵੱਲੋਂ ਤਿਆਰ ਕੀਤੀਆਂ ਗਈਆਂ ਵੱਖ ਵੱਖ ਚੀਜ਼ਾਂ ਨੂੰ ਦੇਖ ਹਰ ਕੋਈ ਤਾਰੀਫਾਂ ਕਰ ਰਿਹਾ। ਬਹੁਤ ਵਧੀਆ ਲੱਗਿਆ ਭਾਅ ਜੀ ਆ ਕੇ। ਸਭ ਤੋਂ ਜ਼ਿਆਦਾ ਜਿਹੜਾ ਪੰਜਾਬੀ ਸਾਡੀ ਮਾਂ ਬੋਲੀ ਹੈ, ਉਹਨੂੰ ਦੇਖ ਕੇ ਜਿੱਦਾਂ ਛੋਟੇ ਬੱਚੇ ਹੈ ਹੈ ਨਾ, ਉਹਨੇ ਆਉਂਦੇ ਨਾਲ ਹੀ ਅਟਰੈਕਟ ਹੋਇਆ ਕਿ ਪਾਪਾ ਉਹ ਦੇਖੋ ਉੜਾ ਆੜਾ ਲਿਖਿਆ ਹੋਇਆ ਹੈ ਨਾ। ਅਤੇ ਇਹ ਚੀਜ਼ਾਂ ਹੈ ਨਾ, ਸਾਨੂੰ ਵੀ ਜਦੋਂ ਬੱਚੇ ਖਿੱਚੇ ਜਾਂਦੇ ਆ ਤਾਂ ਆਟੋਮੈਟਿਕਲੀ ਪੇਰੈਂਟਸ ਵੀ ਨਾਲ ਖਿੱਚੇ ਜਾਂਦੇ ਆ। ਬਹੁਤ ਵਧੀਆ ਲੱਗਿਆ ਇਹ, ਬਹੁਤ ਵਧੀਆ ਉਪਰਾਲਾ ਵੀ ਰਹਿੰਦਾ ਇਹਨਾਂ ਦਾ। ਲੱਗਦਾ ਨਹੀਂ ਜਿੱਥੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਲੋਕਾਂ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਇਹ ਪੰਜਾਬੀ ਭਾਸ਼ਾ ਹੀ ਸਾਡੀ ਇੱਕ ਸ਼ਬਦਾਂ ਵਿੱਚ ਲਿਖੀ ਹੋਈ ਹੈ, ਖਿੱਚ ਬਣੀ ਹੋਈ ਅੱਜ ਮੇਲੇ ਦੇ ਵਿੱਚ ਵੀ। ਹਾਂਜੀ ਹਾਂਜੀ ਹਾਂਜੀ, ਅਸੀਂ ਸਾਰੇ ਪਾਸੇ ਹਾਫ ਘੁੰਮਿਆ ਹੋਊਗਾ ਅਤੇ ਪਹਿਲੇ ਸਟਾਲ 'ਤੇ ਆ ਕੇ ਰੁਕੇ ਹਾਂ, ਉਹ ਵੀ ਹੈ ਪੰਜਾਬੀ ਕਰਕੇ, ਆਪਾਂ ਇਹਦਾ ਦੇਣ ਨਹੀਂ ਦੇ ਸਕਦੇ ਜੀ। ਚੀਜ਼ਾਂ ਨੂੰ ਹੱਥੀਂ ਤਿਆਰ ਕੀਤਾ ਗਿਆ, ਇਸ ਕਲਾ ਨੂੰ ਕਿੱਦਾਂ ਦੇਖਦੇ ਹੋ ਜੀ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਅਤੇ ਐਪਰੀਸ਼ੀਏਟ ਕਰਦੇ ਹਾਂ। ਚਾਹੇ ਗੁਰੂ ਸਾਹਿਬ ਦੀ ਤਸਵੀਰ ਦੀ ਗੱਲ ਕਰ ਲਈਏ, ਚਾਹੇ ਇੱਕ ਓਮਕਾਰ ਦੀ ਗੱਲ ਕਰ ਲਈਏ, ਹਰ ਚੀਜ਼ ਆਪਣੇ ਆਪ ਦੇ ਵਿੱਚ ਕੁਝ ਬਣੀ ਸਭ। ਹਾਂਜੀ, ਕੀ ਵਿਚਾਰ ਮੰਨ ਚਾਹੁੰਦੇ ਹੋ? ਸਭ ਤੋਂ ਵਧੀਆ ਛੋਟੇ ਛੋਟੇ ਜਿੱਦਾਂ ਛੱਲੇ ਹੈ, ਕੀ ਰਿੰਗ ਬਣਾਏ ਹੋਏ ਹੈ, ਜੋ ਅਸੀਂ ਇੱਥੋਂ ਲੈ ਕੇ ਜਾਵਾਂਗੇ ਉੱਥੇ ਬਾਹਰ ਆਪਣੇ ਫਰੈਂਡਾਂ ਨੂੰ ਗਿਫਟ ਕਰਾਂਗੇ, ਉਹ ਚੀਜ਼ ਗਿਫਟ ਇੱਥੋਂ ਲੈ ਕੇ ਜਾਣਾ ਬਹੁਤ ਵੱਡੀ ਚੀਜ਼ ਲੱਗਦੀ ਹੈ ਕਿ ਉਹ ਪੰਜਾਬੀ ਵਾਲਾ ਹੈ ਨਾ ਦੇਖਣਗੇ। ਲੱਗਦਾ ਹੈ ਅਜਿਹੇ ਉਪਰਾਲੇ ਜਾਂ ਅਜਿਹੀਆਂ ਚੀਜ਼ਾਂ ਪੰਜਾਬ ਨੂੰ ਹੋਰ ਸਿਖਰਾਂ ਤੇ ਜਾਂ ਪੰਜਾਬ ਦੇ ਹੋਰ ਪ੍ਰਚਾਰ ਕਰਨ ਦੇ ਲਈ ਕੰਮ ਆਉਣਗੀਆਂ? ਆਉਣਗੀਆਂ ਜੀ, 100% ਆਉਣਗੀਆਂ ਜੀ। ਇਹ ਚੱਲਦੇ ਰਹਿਣੇ ਚਾਹੀਦੇ ਆ ਇਹ ਜੇ ਮੇਲੇ, ਇੱਦਾਂ ਦੇ ਸਟਾਲ, ਤੇ ਆਪਾਂ ਗੁੱਡ ਲੱਕ ਦਿੰਦੇ ਆ ਵੀਰਾਂ ਨੂੰ। ਘਰਾਂ ਦੇ ਵਿੱਚ ਅੱਗੇ ਵੀ ਘੜੀਆਂ ਲੱਗੀਆਂ ਹੁੰਦੀਆਂ, ਅਜੇ ਉੜਾ ਡਾ ਜੀ ਲਿਖਿਆ ਜੀ, ਦੇਖੀ ਕਦੀ ਆਇਆ ਜੀ ਘੜੀ? ਨਹੀਂ, ਇਹ ਪਹਿਲੀ ਵਾਰੀ ਦੇਖੀ ਭਾਅ ਜੀ। ਕਿਸ ਤਰ੍ਹਾਂ ਦੇ ਲੱਗਦੇ ਵਿਚਾਰ ਦੇਖ ਕੇ ਅਜਿਹੀਆਂ ਘੜੀਆਂ ਦੇਖੇ? ਵਧੀਆ ਲੱਗਦੀਆਂ ਭਾਅ ਜੀ, ਮੇਨ ਬੱਚਿਆਂ ਨੂੰ ਅਟਰੈਕਟ ਕਰਦੀਆਂ ਹੈ ਅਤੇ ਸਾਨੂੰ ਕੁਐਸਚਨ ਕਰਦੇ ਆ, ਆਪਾਂ ਉਹਨਾਂ ਨੂੰ ਦੱਸਦੇ ਹਾਂ ਅਤੇ ਉਹ ਆਪਣੀ ਮਾਂ ਬੋਲੀ ਨਾਲ ਜੁੜਦੇ ਹਾਂ ਜੀ।